ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੌਰ ਹੀ ਕੁਝ ਜਿਹਾ ਚੱਲ ਰਿਹਾ ਹੈ ਕਿ ਬੁਰਾ ਕੰਮ ਕਰਨ ਲਈ ਇਨਸਾਨ ਨੂੰ ਕੋਈ ਉਜ਼ਰ ਨਹੀਂ ਪਰ ਜੇ ਚੰਗਾ ਕੰਮ ਕਰਨਾ ਹੋਵੇ ਤਾਂ ਸੌ ਸੌ ਸਲਾਹਾਂ ਕਰਦਾ ਹੈ ਗੁਰੂ ਜੀ ਦਾ ਸਪਸ਼ਟ ਹੁਕਮ ਹੈ ਕਿ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰੰਦੀ ਉੱਠਣਾ ਜਿਵੇਂ ਕਿ ਹੁਕਮ ਹੈ ਚੌਥਾ ਪਹਿਰ ਸਬਾਹ ਕੈ ਸੁਰਤਿਆਂ ਉਪਜਾ ਚਾਓ ਤਿਨਾ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਓ ਪਰ ਇਸ ਹੁਕਮ ਨੂੰ ਪੂਰਾ ਕਰਨ ਵਿੱਚ ਇਨਸਾਨ ਸੁਸਤੀ ਕਰਦਾ ਹੈ ਪਰ ਜੇ ਰਾਤ ਦੇ 2 ਵਜੇ ਟਰੱਕ ਦਾ ਲੋਡ ਮਿਲਦਾ ਹੋਵੇ ਤਾਂ ਛਾਲ ਮਾਰ ਕੇ ਉੱਠਦਾ ਅਤੇ ਆਪਣਾ ਟਰੱਕ ਵਾੜਾ ਲੋਡ ਚੱਕਦਾ ਹੈ। ਸੋ ਜੇ ਕੰਮ ਤੇ ਜਾਣ ਲਈ ਸਵੇਰੇ ਉੱਠਣਾ ਪਵੇ ਜਾਂ ਰੋਜ਼ 15-16 ਘੰਟੇ ਕੰਮ ਕਰਨਾ ਪਵੇ ਤਾਂ ਕੋਈ ਪਰੇਸ਼ਾਨੀ ਨਹੀਂ ਹੁੰਦੀ ਪਰ ਘੰਟਾ ਡੇਢ ਘੰਟਾ ਲਾ ਕੇ ਸ੍ਰੀ ਸੁਖਮਨੀ ਸਾਹਿਬ ਅਤੇ ਪੰਜ ਗ੍ਰੰਥੀ ਦੇ ਪਾਠ ਕਰਨੇ ਭੈਣ ਤਾਂ ਮਨ ਕਈ ਬਹਾਨੇ ਮਾਰਦਾ। ਕੰਮ ਵਾਸਤੇ ਉੱਠਣ ਲੱਗਿਆਂ ਇਸ ਕਰਕੇ ਕੋਈ ਪਰੇਸ਼ਾਨੀ ਨਹੀਂ ਆਉਂਦੀ ਕਿਉਂਕਿ ਕੰਮ ਕਰਨ ਨਾਲ ਡਾਲਰ ਮਿਲਦੇ ਹਨ ਪਰ ਸਵੇਰੇ ਉੱਠ ਕੇ ਪਾਠ ਸਿਮਰਨ ਕਰਨ ਲੱਗਿਆਂ ਇਨਸਾਨ ਨੂੰ ਜਾਪਦਾ ਹੈ ਕਿ ਕੋਈ ਫਾਇਦਾ ਨਹੀਂ ਹੈ। ਪਰ ਜੇ ਕਿਤੇ ਗੁਰੂ ਜੀ ਦੇ ਬਚਨਾਂ ਤੇ ਯਕੀਨ ਆ ਜਾਵੇ ਕਿ ਭਗਤੀ ਕਰਨ ਨਾਲ ਹੀ ਸਭ ਕੁਝ ਮਿਲਦਾ ਹੈ ਤਾਂ ਕੋਈ ਭਗਤੀ ਕਰਨ ਵਿੱਚ ਢਿੱਲ ਨਾ ਕਰੇ ਜਦੋਂ ਆਪਣੇ ਭੁੱਲੜ ਵੀਰਾਂ ਨੂੰ ਬੇਨਤੀ ਕਰੀਦੀ ਹੈ ਕਿ ਭਾਈ ਪਾਠ ਕਰਿਆ ਕਰੋ ਜਾਂ ਗੁਰਦੁਆਰੇ ਜਾਇਆ ਕਰੋ ਤਾਂ ਉਹ ਅੱਗੋਂ ਕਈ ਬਹਾਨੇ ਮਾਰਦੇ ਹਨ ਪਰ ਜੇ ਮਾੜਾ ਕੰਮ ਕਰਨਾ ਹੋਵੇ ਤਾਂ ਉਦੋਂ ਬਿਲਕੁਲ ਆਲਸ ਨਹੀਂ ਕਰਦੇ ਜਿਵੇਂ ਕਿ ਗੁਰੂ ਜੀ ਦਾ ਹੁਕਮ ਹੈ ਚਿਤਵਤ ਪਾਪ ਨਾ ਆਲ ਕਾ ਵੈ ਬੇਸ਼ਵਾ ਭਜਤ ਕਿਛ ਨਾ ਸ਼ਰਮਾ ਵੈ ਸਾਰੋ ਦਿਨ ਸ ਮਜ਼ਦੂਰੀ ਕਰਾ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਪਾਪ ਚਿਤਵਧਿਆਂ ਆਲਸ ਨਹੀਂ ਆਉਂਦੀ ਅਤੇ ਕਾਮਦੀਨ ਬੇਸੁਹਾਬ ਪਾਪ ਮਾੜੀ ਜਨਾਨੀ ਬਾਰੇ ਸੋਚਣ ਲੱਗਿਆਂ ਬਿਲਕੁਲ ਨਹੀਂ ਸ਼ਰਮਾਉਂਦਾ ਸਾਰਾ ਦਿਨ ਪੈਸਿਆਂ ਦੀ ਖਾਤਰ ਮਜ਼ਦੂਰੀ ਦਾ ਕੰਮ ਕਰਦਾ ਹੈ ਉਦੋਂ ਆਲਸ ਨਹੀਂ ਆਉਂਦੀ ਪਰ ਜਦੋਂ ਹਰੀ ਦਾ ਸਿਮਰਨ ਕਰਨ ਦਾ ਵੇਲਾ ਆਉਂਦਾ ਹੈ ਤਾਂ ਸਿਰ ਤੇ ਬੱਜਰ ਭਾਰ ਡਿੱਗ ਪੈਂਦਾ ਹੈ ਇਹ ਅੱਜਕੱਲ ਸਾਡਾ ਹਾਲ ਹੈ ਕਿ ਗੁਰਮਤ ਦੇ ਕੰਮ ਕਰਨ ਵਿੱਚ ਅਸੀਂ ਬਹੁਤ ਆਲਸ ਕਰਦੇ ਹਾਂ ਪਰ ਜਦੋਂ ਬੁਰੀਾਈ ਵਾਲਾ ਜਾਂ ਮਾਇਆ ਵਾਲਾ ਕੰਮ ਕਰਨਾ ਹੋਵੇ ਤਾਂ ਉਦੋਂ ਸ਼ੇਰ ਬਣ ਜਾਂਦੇ ਹਾਂ ਪਰ ਅਸੀਂ ਇਹ ਨਹੀਂ ਜਾਣਦੇ ਕਿ ਅੱਜ ਕੱਲ੍ਹ ਹੀ ਸਾਡਾ ਪੈਰ ਕਾਲ ਦੀ ਫਾਹੀ ਵਿੱਚ ਫਸ ਜਾਣਾ ਹੈ ਭਾਵ ਸਾਨੂੰ ਮੌਤ ਆ ਜਾਣੀ ਹੈ ਸੁਣੋ ਇਸ ਪ੍ਰਥਾਈ ਗੁਰੂ ਜੀ ਦਾ ਫਰਮਾਨ ਚੰਗਿਆਈਂ ਆਲਗ ਕਰੇ ਬੁਰਿਆਈਂ ਹੋਏ ਛੇਰ ਨਾਨਕ ਅੱਜ ਕੱਲ੍ਹ ਆਵਸੀ ਗਾਫਲ ਫਾਹੀ ਪੈਰ ਇਹ ਅੱਜ ਕੱਲ੍ਹ ਐਨ ਸੱਚ ਹੈ ਕਿ ਨਹੀਂ ਚੰਗੇ ਕੰਮ ਕਰਨ ਨੂੰ ਅਸੀਂ ਸੁਸਤੀ ਕਰਦੇ ਹਾਂ ਪਰ ਬੁਰੇ ਕੰਮ ਕਰਨ ਲੱਗੇ ਛੇਰ ਹੋ ਜਾਂਦੇ ਹਾਂ فرض ਕਰ लो ਅੱਜ ਕੱਲ ਦੇ ਆਮ ਨੌਜਵਾਨ ਪਾਸ ਸਕੂਲ ਕਾਲਜ ਤੋਂ ਬਾਅਦ 3 ਘੰਟੇ ਵਿਹਲੇ ਹੋਣ ਤਾਂ ਉਹ ਨੌਜਵਾਨ ਉਸ ਸਮੇਂ ਵਿੱਚ ਕੀ ਕਰੂਗਾ 100 ਨੌਜਵਾਨਾਂ ਵਿੱਚੋਂ 90 ਨੌਜਵਾਨ ਉਸ ਸਮੇਂ ਫਿਲਮਾਂ ਦੇਖਣਗੇ ਜਾਂ ਹੋਰ ਇਦਾਂ ਦਾ ਮੰਦਰੰਜਨ ਕਰਨਗੇ ਮਸਾਂ 4-5 ਜਿਹੇ ਹੋਣਗੇ ਜੋ ਉਸ ਸਮੇਂ ਸ੍ਰੀ ਸੁਖਨੀ ਸਾਹਿਬ ਦਾ ਪਾਠ ਜਾਂ ਗੁਰਦੁਆਰੇ ਜਾ ਕੇ ਸੰਗਤ ਕਰਨਗੇ ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡੀ ਰੁਚੀ ਮਾਇਆ ਦੀ ਹੈ ਰੂਹਾਨੀ ਨਹੀਂ ਕਲਯੁਗ ਦੇ ਦੌਰ ਵਿੱਚ ਮਾਇਆ ਵਿੱਚ ਖੁੱਬੇ ਹੋਏ ਇਨਸਾਨ ਦੇ ਜੀਵਨ ਦੀ ਤਰਜ਼ਮਾਨੀ ਕਰਦੇ ਹੋਏ ਹਜ਼ੂਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਭਾਵ ਬੁਰੇ ਕੰਮ ਕਰਨ ਲਈ ਬਿਨਾਂ ਆਲਸ ਦੇ ਉੱਠ ਖੜੋਂਦਾ ਹੈ ਪਰ ਨਾਮ ਜਪਣ ਦੇ ਸਮੇਂ ਲੰਮਾ ਪੈ ਕੇ ਸੌ ਜਾਂਦਾ ਹੈ ਔਰ ਆਪਣਾ ਬੂਝਾ ਨਾ ਏ ਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਓ ਗੁਰੂ ਜੀ ਹੁਕਮ ਕਰਦੇ ਹਨ ਕਿ ਇਹ ਆਣਾ ਇਨਸਾਨ ਆਪਣੇ ਜੀਵਨ ਵਿੱਚ ਅਕਾਲ ਪੁਰਖ ਨੂੰ ਮਿਲਣ ਦਾ ਅਵਸਰ ਪਛਾਣਦਾ ਨਹੀਂ ਅਤੇ ਮਾਇਆ ਦੇ ਰੰਗ ਵਿੱਚ ਹੀ ਪਾਪਾਂ ਨਾਲ ਲਪਟਿਆ ਰਹਿੰਦਾ ਹੈ। ਲੋਭ ਲਹਿਰ ਕੋ ਬਿਗਸਤ ਫੂਲ ਬੈਠਾ ਸਾਧ ਜਨਾ ਕਾ ਦਰਸ਼ਨਾ ਡੀਠਾ ਭਾਵ ਲੋਭ ਦੀ ਲਹਿਰ ਕਰਕੇ ਦੌਲਤ ਦੇਖ ਕੇ ਬਹੁਤ ਖੁਸ਼ ਹੁੰਦਾ ਪਰ ਸਾਧ ਜਨਾ ਭਾਵ ਗੁਰਮੁਖਾਂ ਦਾ ਦਰਸ਼ਨ ਕਦੇ ਨਹੀਂ ਕਰਦਾ ਭਾਵ ਸੰਗਤ ਵਿੱਚ ਕਦੇ ਨਹੀਂ ਜਾਂਦਾ। ਅੱਗੇ ਜਾ ਕੇ ਗੁਰੂ ਜੀ ਫਰਮਾਨ ਕਰਦੇ ਹਨ। ਵਿਖਾ ਨਾਦ ਕਰਨ ਸੁਣ ਪੀਨਾ ਹਰ ਜਸ ਸੁਨਤ ਆਲ ਸਮਨ ਕੀਨਾ ਬਿਖੇ ਨਾਦ ਭਾਵਿਸ਼ਕਿਆ ਗਾਣਿਆਂ ਨੂੰ ਸੁਣ ਕੇ ਬਹੁਤ ਖੁਸ਼ ਹੁੰਦਾ ਪਰ ਗੁਰਬਾਣੀ ਰੂਪੀ ਹਰਜਾਸ ਸੁਣਨ ਲੱਗਿਆਂ ਮਨ ਵਿੱਚ ਆਲਸ ਕਰਦਾ ਹੈ ਇਹ ਤਾਂ ਗੁਰੂ ਜੀ ਨੇ ਅੱਜ ਕੱਲ ਦੇ ਇਨਸਾਨ ਦੀ ਜ਼ਿੰਦਗੀ ਦੀ ਕਹਾਣੀ ਲਿਖ ਦਿੱਤੀ ਹ ਯਾਦ ਰੱਖੋ ਜੋ ਜੋ ਵੀ ਗੁਰੂ ਜੀ ਦੇ ਹੁਕਮ ਮੰਨੂਗਾ ਉਹ ਇਸ ਦੁਨੀਆਂ ਵਿੱਚ ਅਤੇ ਅੱਗੇ ਪ੍ਰਲੋਕ ਵਿੱਚ ਸੁਖੀ ਵਸੂ ਪਰ ਜੋ ਗੁਰੂ ਜੀ ਦੇ ਹੁਕਮ ਮੰਨਣ ਵੱਲੋਂ ਢਿਲ ਕਰੂਗਾ ਉਹਨੂੰ ਇਸ ਦੁਨੀਆਂ ਵਿੱਚ ਦੁੱਖ ਮਿਲੂ ਅੱਗੇ ਜਾ ਕੇ ਧਰਮ ਰਾਜ ਦੇ ਦਰਬਾਰ ਵਿੱਚੋਂ ਸਜ਼ਾਵਾਂ ਮਿਲਣਗੀਆਂ ਅਤੇ ਅਖੀਰ ਵਿੱਚ 84 ਲੱਖ ਜੋਨੀ ਵਿੱਚ ਭਟਕਣਾ ਪਵੇਗਾ ਇਹ ਗੁਰਬਾਣੀ ਦੇ اٹਲ ਸੱਚ ਹਨ ਜਿਨ੍ਹਾਂ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ ਭਗਤ ਕਬੀਰ ਜੀ ਅਕਸਰ ਇੱਕ ਬੰਦੇ ਨੂੰ ਕਿਹਾ ਕਰਦੇ ਸਨ ਕਿ ਭਾਈ ਰੱਬ ਦੀ ਬੰਦਗੀ ਕਰ ਲੈ ਪਰ ਉਹ ਇਹ ਨਹੀਂ ਸੀ ਮੰਨਦਾ ਹੁੰਦਾ ਸਗੋਂ ਅੱਗੋਂ ਮਖੌਲ ਕਰਦਾ ਹੁੰਦਾ ਸੀ ਜਲਦੀ ਹੀ ਉਹਦੀ ਮੌਤ ਹੋ ਗਈ ਅਤੇ ਮੌਤ ਤੋਂ ਬਾਅਦ ਉਹ ਬੋਲ ਦੀ ਜੂਨੀ ਪਿਆ ਅਤੇ ਇਸ ਵਿਦ ਬਹੁਤ ਦੁੱਖ ਭੋਗੇ ਜਦੋਂ ਭਗਤ ਜੀ ਨੇ ਉਹਨੂੰ ਬੋਲ ਦੀ ਜੂਨੀ ਪਏ ਨੂੰ ਸਖਤ ਮੁਸ਼ਕਤ ਕਰਦੇ ਨੂੰ ਦੇਖਿਆ ਤਾਂ ਉਹਨਾਂ ਨੇ ਉਹਨੂੰ ਦੇਖ ਕੇ ਬਾਕੀ ਲੋਕਾਂ ਨੂੰ ਖਬਰਦਾਰ ਕਰਨ ਲਈ ਇਹ ਸ਼ਬਦ ਉਚਾਰਿਆ ਸੀ ਤੁਸੀਂ ਧਿਆਨ ਲਾ ਕੇ ਸੁਣੋ ਜੀ ਚਾਰ ਪਾਮ ਦੋਈ ਸਿੰਘ ਗੰਗਮੁਖ ਤਬ ਕੈਸੇ ਗੁਨ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ ਹਰ ਬਿਨ ਬੈਲ ਬਿਰਾਨੇ ਹੋਈ ਹੈ ਫਾਟੇ ਨਾਕਨ ਟੂਟੇ ਕੰਧਨ ਕੋਦੋ ਕੋਪ ਸਖਈ ਹੈ ਰਹਾਓ ਸਾਰੋ ਦਿਨ ਢੋਲਤ ਬਨ ਮਹੀਆ ਅਜੋਨਾ ਪੇਟ ਅ ਗਈ ਹੈ ਜਨ ਭਗਤਨ ਕੋ ਕਹੋ ਨਾ ਮਾਨੋ ਕੀ ਉਹ ਆਪਣੋ ਪਈ ਹੈ ਦੁਖ ਸੁਖ ਕਰਤ ਮਹਾ ਪ੍ਰਮਭੂਡੋ ਅਨੇਕ ਜੋਨ ਪਰਮਈ ਹੈ ਹਰਤਨ ਜਨਮ ਖੋਇਓ ਪ੍ਰਭ ਬਿਸਰੇਓ 에ਉ ਅਸਰ ਕਤ ਪਈ ਹੈ ਪ੍ਰਮਤ ਫਿਰਤ ਤੇ ਲਕ ਕੇ ਕਪਜਿਓ ਗਤ ਬਿਨ ਰਹਿਨ ਬਹਿਈ ਹੈ ਕਹਿਤ ਕਬੀਰ RAM ਨਾਮ ਬਿਨ ਮੂੰਡ ਤੁਨੇ ਪਛੁਤਈ ਹੈ ਭਗਤ ਜੀ ਸਾਨੂੰ ਸਮਝਾਉਂਦੇ ਹਨ ਕਿ हे ਭਾਈ ਜਦੋਂ ਤੇਰੇ ਚਾਰ ਪੈਰ ਦੋ ਸਿੰਘ ਅਤੇ ਗੁੰਗਾ ਮੂੰਹ ਹੋ ਗਿਆ ਉਦੋਂ ਹਰੀ ਦੇ ਗੁਣ ਕਿਵੇਂ ਗਾਏਗਾ ਉੱਠਦਿਆਂ ਬੈਠਦਿਆਂ ਤੇਰੇ ਸੋਟਾ ਪਊਗਾ ਉਦੋਂ ਕਿੱਥੇ ਮੂੰਹ ਲੁਕਾਏਗਾ ਹਰੀ ਤੋਂ ਬਿਨਾਂ ਭਾਈ ਤੂੰ ਬਰਾਨਾ ਬੋਲਦ ਬਣੇਗਾ ਤੇਰਾ ਨੱਕ 파ੜ ਕੇ ਤੇਰੇ ਨਕੇਲ ਪਾਈ ਜਾਵੇਗੀ ਅਤੇ ਤੇਰੇ ਕੰਦੇ ਭਾਰ ਚੁੱਕ ਚੁੱਕ ਕੇ ਟੁੱਟੇ ਹੋਏ ਹੋਣਗੇ ਉਤੋਂ ਤੈਨੂੰ ਖਾਣ ਲਈ ਕੇਵਲ ਕੋਧਰੇ ਦੀ ਤੂੜੀ ਮਿਲੂ ਸਾਰੇ ਦਿਨ ਜੰਗਲ ਵਿੱਚ ਤੀਲਾ ਤੀਲਾ ਇਕੱਠਾ ਕਰਦਾ ਫਿਰੇਗਾ ਪਰ ਤੇਰਾ ਪੇਟ ਫੇਰ ਵੀ ਨਹੀਂ ਭਰੇਗਾ ਭਗਤਾਂ ਦਾ ਗੁਰਮੁਖਾਂ ਦਾ ਕਹਿਣਾ ਨਹੀਂ ਮੰਨੇਗਾ ਤਾਂ ਆਪਣਾ ਕੀਤਾ ਪਾਵੇਂਗਾ ਦੁੱਖ ਸੁੱਖ ਕਰਦਾ ਜੂਨੀਆ ਵਿੱਚ ਭਟਕਦਾ ਫਿਰੇਗਾ ਆਪਣਾ ਇਹ ਰਤਨ ਜਨਮ ਗਵਾ ਕੇ ਫੇਰ ਇਹ ਮੌਕਾ ਦੁਬਾਰਾ ਕਦੋਂ ਲਏਗਾ ਤੇਰੀ ਸਾਰੀ ਇਹ ਜ਼ਿੰਦਗੀ ਤੇਲੀ ਦੇ ਬੋਲ ਦਿਮਾਂਗ ਕੰਮ ਕਰਦੇ ਦੀ ਅਤੇ ਬਾਂਦਰ ਵਾਂਗ ਸੰਸਾਰ ਦੇ ਰਸਾਂ ਕਿਸਾਂ ਵਿੱਚ ਐਵੇਂ ਹੀ ਲੰਘ ਜਾਵੇਗੀ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ RAM ਨਾਮ ਬਿਨ ਭਾਵ ਭਗਤੀ ਕਰਨ ਤੋਂ ਬਿਨਾ ਤੈਨੂੰ ਸਿਰ ਮਾਰ ਮਾਰ ਕੇ ਪਛਤਾਉਣਾ ਪਊਗਾ। ਪਿਆਰੀ ਵੀਰ ਅਤੇ ਭੈਣ ਇਹ ਗੁਰਬਾਖ ਸੁਣ ਕੇ ਇਹਨੂੰ ਮੰਨ ਲੈ ਜ਼ਰੂਰ ਹੀ ਬੁਰੇ ਕੰਮ ਛੱਡ ਕੇ ਪ੍ਰਭੂ ਦੀ ਭਗਤੀ ਕਰਨੇ ਵਿੱਚ ਲੱਗ ਜਾ। ਸੰਸਾਰ ਦੇ ਜ਼ਰੂਰੀ ਕੰਮ ਕਰ ਪਰ ਫालतू ਕੰਮਾਂ ਨੂੰ ਸੰਕੋਚ ਕੇ ਅੰਮ੍ਰਿਤ ਛੱਕ ਕੇ ਖਾਲਸੇ ਦੀ ਪੂਰਨ ਰਹਿਤ ਵਹਿਤ ਰੱਖ ਕੇ ਨਾਮ ਬਾਣੀ ਵਿੱਚ ਸਾਰੀ ਜ਼ਿੰਦਗੀ ਲਾ ਦੇ ਕੌਮ ਦੀ ਸੇਵਾ ਕਰ ਸਰਬੱਤ ਦਾ ਭਲਾ ਕਰ ਇਹੋ ਹੀ ਤਰੀਕਾ ਹੈ ਇਸ ਭਵ ਸਾਗਰ ਤੋਂ ਤਰਨ ਦਾ ਅਤੇ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ